ਉਹ ਗੱਭਰੂ ਜਿਨ੍ਹਾਂ ਨੂੰ ਨਸ਼ੇੜੀ ਕਿਹਾ ਗਿਆ, ਜਿਨ੍ਹਾਂ ਨੂੰ ਨਸ਼ੇਬਾਜ਼, ਜਿਨ੍ਹਾਂ ਨੂੰ ਲਫੰਟਰ ਕਿਹਾ ਜਾਂਦਾ ਸੀ, ਜਾ ਕੇ ਵੇਖੋ ਸਵੇਰੇ 4:30 ਵਜੇ ਝਾੜੂ ਫੜ ਕੇ ਲੱਗੇ ਹੁੰਦੇ ਉੱਥੇ ਸੇਵਾ ਕਰ। ਜਦੋਂ ਗੱਲ ਅਣਖਾਂ ਤੇ ਆ ਗਈ, ਜ਼ਮੀਰਾਂ ਤੇ ਆ ਗਈ, ਉਦੋਂ ਹੀ ਪੁੱਤ ਜਾ ਕੇ ਉੱਥੇ ਕੂੜੇ ਚੱਕ ਕੇ ਦੇਖ ਲਓ। ਕਿਸੇ ਨੂੰ ਘਰ ਕੋਈ ਜੰਮ ਪਿਆ, ਕੋਈ ਮਰ ਗਿਆ, ਕਿਸੇ ਨੇ ਆਪਣੇ ਪੋਤੇ ਦਾ ਮੂੰਹ ਦੇਖਣ ਨੂੰ ਰਹਿ ਗਿਆ ਵੀ ਜਦੋਂ ਜਿੱਤ ਕੇ ਜਾਵਾਂਗੇ ਉਦੋਂ ਹੀ ਵੇਖਾਂਗੇ। ਇਸ ਚਾਲੂ ਮੀਡੀਆ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਮਾਓਵਾਦੀ ਨੇ, ਇਹ ਖਾਲਿਸਤਾਨੀ ਨੇ, ਇਹ ਵੱਖਵਾਦੀ ਨੇ, ਇਹ ਕਮਿਊਨਿਸਟਾਂ ਦਾ ਟੋਲਾ, ਕਿਹੜਾ ਕਿਹੜਾ ਇਲਜ਼ਾਮ ਮੋਰਚੇ ਤੇ ਨਹੀਂ ਲੱਗਾ। ਔਰ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਤੁਹਾਨੂੰ ਕੁੱਟਣ ਮਾਰਨ ਤੇ ਵੀ, ਤੁਹਾਡੇ ਮੋਰਚੇ ਨੂੰ ਤਹਿਸ ਨਹਿਸ ਕਰਨ ਤੇ ਵੀ, ਉਹਨਾਂ ਨੂੰ ਵੀ ਹੱਥ ਜੋੜੇ ਜਾਂਦੇ ਵੀ ਆ ਕੇ ਲੰਗਰ ਛਕ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਟਨ ਕੋਟ ਧੰਨਵਾਦ ਕਰਦਾ ਆਪਣੇ ਪਰਮ ਮਿੱਤਰ ਸਰਦਾਰ ਮਿਹਰਬਾਨ ਸਿੰਘ ਸੰਘਾ ਜੀ ਔਰ ਬਲਜੀਤ ਸਿੰਘ ਸੰਘਾ ਜੀ, ਜਿਨ੍ਹਾਂ ਨੇ ਅੱਜ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਇੱਥੇ ਹਾਜ਼ਰੀ ਭਰ ਸਕਾਂ। ਸਰਦਾਰ ਹਰਮੀਤ ਸਿੰਘ ਜੀ ਕਾਦੀਆਂ ਸਾਹਿਬ ਦੇ ਵਡਮੁੱਲੇ ਵਿਚਾਰ ਸੁਣੇ, ਸਰਦਾਰ ਜਸਵੀਰ ਸਿੰਘ ਲਿੱਟਾ ਜੀ ਨੂੰ ਸੁਣਿਆ, ਔਰ ਤੁਸੀਂ ਸਾਰੇ ਪਰਮ ਸਤਿਕਾਰਯੋਗ ਸਾਡੇ ਉਹ ਲੋਕ ਹੋ ਜਿਨ੍ਹਾਂ ਨੇ ਪੰਜਾਬ ਦੇ ਇਸ ਰੋਸ਼ਨ ਚਿਰਾਗ ਦੇ ਵਿੱਚ ਜਿਹੜਾ ਪੰਜਾਬ ਦੀ ਪਹਿਚਾਣ ਸੀ, ਲੱਟ ਲੱਟ ਬਲਦੇ ਦੀਵੇ ਨੂੰ ਜਦੋਂ ਇਹ ਕਿਹਾ ਜਾਣ ਲੱਗਾ ਸੀ ਕਿ ਬੁੱਝਣ ਵਾਲਾ ਪੰਜਾਬ ਦਾ, ਪੰਜਾਬੀਅਤ ਦਾ ਦੀਵਾ ਜ਼ਿਆਦਾ ਦੇਰ ਜਗਦਾ ਨਹੀਂ ਰਹਿਣਾ, ਅੱਜ ਬੁਝਿਆ ਲਓ ਕੱਲ ਬੁਝਿਆ ਲਓ, ਇਹਦਾ ਤੇਲ ਮੁੱਕਣ ਵਾਲਾ, ਤੁਸੀਂ ਤੇਲ ਨਹੀਂ ਆਪਣਾ ਖੂਨ ਪਾ ਕੇ ਉਹ ਰੋਸ਼ਨ ਕੀਤਾ ਫਿਰ ਉਸ ਚਿਰਾਗ ਨੂੰ, ਔਰ ਇਹ ਸਦੀਆਂ ਤੱਕ ਇਹ ਚਿਰਾਗ ਇਸੇ ਤਰ੍ਹਾਂ ਰੋਸ਼ਨ ਰਹੇਗਾ। ਇੱਕ ਵਾਰੀ ਬਸ ਵਿੱਚੋਂ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ। ਸਮੇਂ ਆਉਂਦੇ ਨੇ ਜਦੋਂ ਕੌਮਾਂ ਲੱਗਦਾ ਸੌਂ ਗਈਆਂ ਨੇ, ਲੱਗਦਾ ਇਹ ਸਭ ਕੁਝ ਬੁੱਝ ਗਿਆ, ਲੱਗਦਾ ਸਭ ਕੁਝ ਮੁੱਕ ਗਿਆ, ਫਿਰ ਕੌਮ 'ਚੋਂ ਲੋਕ ਉੱਠਦੇ ਨੇ ਜਿਹੜੇ ਇਸ ਚਿਰਾਗ ਨੂੰ ਰੋਸ਼ਨ ਕਰਦੇ ਨੇ। ਤੁਸੀਂ ਕਰਮਾਂ ਵਾਲੇ ਹੋ, ਤੁਸੀਂ ਇਸ ਸਮੇਂ ਨੂੰ ਵਿਟਨੈਸ ਕੀਤਾ, ਤੁਸੀਂ ਗਵਾਹੀ ਭਰੀ ਹੈ ਇਸ ਸਮੇਂ ਦੀ ਕਿ ਜਦੋਂ ਇਹ ਦੌਰ ਤੁਹਾਡੇ ਸਮਿਆਂ 'ਚ ਆਇਆ ਔਰ ਤੁਸੀਂ ਆਪਣੀ ਜਾਨਾਂ ਦੀ ਪਰਵਾਹ ਨਾ ਕਰਕੇ ਵੀ ਤੁਸੀਂ ਆਪਣਾ ਸਭ ਕੁਝ ਕੁਰਬਾਨ ਕਰਕੇ ਤਨ, ਮਨ ਤੇ ਧਨ, ਇਹ ਤਿੰਨੇ ਚੀਜ਼ਾਂ ਉਸ ਮੋਰਚੇ 'ਚ ਲੱਗੀਆਂ, ਜਾ ਕੇ ਦੇਖਣੀਆਂ, ਦੇਖ ਲਓ ਜਿਹੜਾ ਅਜੇ ਤੱਕ ਨਹੀਂ ਗਿਆ। ਤਨਦੇਹੀ ਨਾਲ ਸੇਵਾ ਉਹ ਲੋਕ ਕਰ ਰਹੇ ਨੇ ਜਿਹੜੇ 7.5 ਮਹੀਨੇ ਹੋ ਗਏ ਵਾਪਸ ਹੀ ਨਹੀਂ ਮੁੜੇ, ਅਜੇ ਤੱਕ ਉੱਥੋਂ ਆਏ ਨਹੀਂ। ਕਿਸੇ ਨੂੰ ਘਰ ਕੋਈ ਜੰਮ ਪਿਆ, ਕੋਈ ਮਰ ਗਿਆ, ਕਿਸੇ ਨੇ ਆਪਣੇ ਪੋਤੇ ਦਾ ਮੂੰਹ ਦੇਖਣ ਨੂੰ ਰਹਿ ਗਿਆ ਵੀ ਜਦੋਂ ਜਿੱਤ ਕੇ ਜਾਵਾਂਗੇ ਉਦੋਂ ਹੀ ਵੇਖਾਂਗੇ, ਤੇ ਕਿਸੇ ਦੇ ਘਰੋਂ ਕੋਈ ਜੀ ਚਲਾ ਗਿਆ ਤੇ ਉੱਥੇ ਕਹਿੰਦਾ ਕੋਈ ਨਹੀਂ, ਮੇਰੇ ਵੱਲੋਂ ਮੱਥਾ ਟੇਕ ਕੇ ਸੰਸਕਾਰ ਕਰ ਦਿਓ, ਸਮਝੋ ਮੈਂ ਉੱਥੇ ਹੀ ਹਾਂ। ਇਹ ਹੁੰਦੀ ਤਨ ਨਾਲ ਸੇਵਾ, ਤੇ ਜੇ ਮਨ ਨਾਲ ਸੇਵਾ ਕਰਦੇ ਵੇਖਣੇ ਆ, ਉਹ ਗੱਭਰੂ ਜਿਨ੍ਹਾਂ ਨੂੰ ਨਸ਼ੇੜੀ ਕਿਹਾ ਗਿਆ, ਜਿਨ੍ਹਾਂ ਨੂੰ ਨਸ਼ੇਬਾਜ਼, ਜਿਨ੍ਹਾਂ ਨੂੰ ਲਫੰਟਰ ਕਿਹਾ ਜਾਂਦਾ ਸੀ, ਜਾ ਕੇ ਵੇਖੋ ਸਵੇਰੇ 4:30 ਵਜੇ ਝਾੜੂ ਫੜ ਕੇ ਲੱਗੇ ਹੁੰਦੇ ਉੱਥੇ ਸੇਵਾ ਕਰਨ, ਸਫਾਈਆਂ ਕਰਦੇ ਨੇ ਲੋਕਾਂ ਦੇ ਜਾਗਣ ਤੋਂ ਪਹਿਲਾਂ, ਸ਼ੀਸ਼ੇ ਵਾਂਗੂ ਚਮਕਾਏ ਹੁੰਦੇ ਮੋਰਚੇ ਉਹਨਾਂ ਨੇ, ਜਿਹੜੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ ਪਿਓ ਪਾਣੀ ਦਾ ਗਲਾਸ ਮੰਗੇ ਤੇ ਉੱਠ ਕੇ ਨਹੀਂ ਫੜਾਉਂਦੇ, ਮਾਂ ਕਵੇ ਕਿ ਆ ਸਿਲੰਡਰ ਚੱਕ ਕੇ ਇੱਥੋਂ ਉੱਥੇ ਰੱਖ ਦੇ ਤੇ ਨਹੀਂ ਕਰਦੇ, ਵਾਕਈ ਨਹੀਂ ਸੀ ਕਰਦੇ, ਕਿਉਂਕਿ ਉਹ ਲਾਡ ਸੀ ਮਾਂ ਪਿਓ ਦੇ ਨਾਲ, ਉਹਨਾਂ ਦੀਆਂ ਮੁਹੱਬਤਾਂ ਇੱਦਾਂ ਦੀਆਂ ਕਿ ਕੋਈ ਨਹੀਂ, ਨਹੀਂ ਕੀਤਾ, ਨਹੀਂ ਕੀਤਾ। ਜਦੋਂ ਗੱਲ ਅਣਖਾਂ ਤੇ ਆ ਗਈ, ਜ਼ਮੀਰਾਂ ਤੇ ਆ ਗਈ, ਉਦੋਂ ਹੀ ਪੁੱਤ ਜਾ ਕੇ ਉੱਥੇ ਕੂੜੇ ਚੱਕ ਦੇ ਦੇਖ ਲਓ, ਕੂੜਿਆਂ ਦੇ ਢੇਰ ਹੱਥਾਂ ਦੇ ਨਾਲ ਚੱਕ ਦੇ ਵੇਖ ਲਓ, ਉਹਨੂੰ ਉਹ ਹੁੰਦੀ ਮਨ ਨਾਲ ਸੇਵਾ। ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਸੇਵਾ ਕਰਦੇ ਵੇਖਣੇ ਤੇ ਮੁੰਡੇ ਉੱਥੇ ਵੇਖ ਲਓ, ਤਨ ਮਨ ਤੇ ਧਨ, ਧਨ ਦਾ ਕੋਈ ਉੱਥੇ ਪਤਾ ਹੀ ਨਹੀਂ ਕਿਹੜਾ ਸੋਰਸ ਹੈ, ਪਤਾ ਹੀ ਨਹੀਂ ਕਿੱਥੋਂ ਕਿੱਦਾਂ ਆਉਂਦਾ, ਪਰ ਗੁਰੂ ਕਾ ਲੰਗਰ ਅਟੁੱਟ ਵਰਤ ਰਿਹਾ, ਬਾਜਾ ਮਾਰ ਮਾਰ ਕੇ ਸਿਰਫ ਆਪਣਿਆਂ ਨੂੰ ਨਹੀਂ ਲੰਘਦੇ ਜਾਂਦੇ ਬਕਾਨਿਆਂ ਨੂੰ, ਔਰ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਤੁਹਾਨੂੰ ਕੁੱਟਣ ਮਾਰਨ ਤੇ ਵੀ, ਤੁਹਾਡੇ ਮੋਰਚੇ ਨੂੰ ਤਹਿਸ ਨਹਿਸ ਕਰਨ ਤੇ ਵੀ, ਉਹਨਾਂ ਨੂੰ ਵੀ ਹੱਥ ਜੋੜੇ ਜਾਂਦੇ ਵੀ ਆ ਕੇ ਲੰਗਰ ਛਕ ਲਓ। ਸੋ ਇਹ ਹੁੰਦੀ ਹੈ ਤਨ ਮਨ ਤੇ ਧਨ ਦੇ ਨਾਲ ਸੇਵਾ, ਜੇ ਕਿਸੇ ਨੇ ਵੇਖਣੀ ਉੱਥੇ ਜਾ ਕੇ ਵੇਖ ਲਓ ਜਿਹੜਾ ਨਹੀਂ ਗਿਆ। ਔਰ ਜਦੋਂ ਮੈਂ ਗੱਲ ਕਰਦਾ, ਸਾਹਮਣੇ ਆ ਤਸਵੀਰਾਂ ਫੜ ਕੇ ਬੈਠੇ ਨੇ ਉਹਨਾਂ ਸ਼ਹੀਦਾਂ ਦੇ ਪਰਿਵਾਰ, ਇਹਨਾਂ ਦਾ ਦਰਦ, ਇਹਨਾਂ ਦੀ ਪੀੜ ਸਿਰਫ ਇਹੀ ਸਮਝ ਸਕਦੇ ਨੇ। ਪਰ ਇੱਕ ਗੱਲ ਜ਼ਰੂਰ ਕਵਾਂਗਾ, ਮੇਰੀ ਉਹ ਭੈਣੋ, ਮੇਰੇ ਵੀਰੋ, ਜਿਨ੍ਹਾਂ ਨੇ ਇਹ ਮਾਰ ਝੱਲੀ ਹੈ, ਕਿ ਗੁਰੂ ਨਾਨਕ ਸਾਹਿਬ ਭਗਤੀ ਰਸ ਦੇ ਰਚਇਤਾ ਸੀ, ਭਗਤੀ ਰਸ ਵਿੱਚ ਲਿਖਿਆ ਉਹਨਾਂ ਨੇ ਜਿੰਨਾ ਵੀ ਲਿਖਿਆ,
पर जिथे अणख की गल आउंदी सी ना उथे उन्होंने भी सानू उपदेश दिता सी कि जो तो प्रेम खेलन का चाहो सिर धर तली गली मोरी आओ। उन्होंने भी सिर तली ते रखन दा उपदेश दिता सी कि जो तो प्रेम खेलन का चाहो सिर धर तली गली मोरी आओ, इत मार्ग पैर तरीजै सिर दीजै कान ना कीजै। आ दिते आ सिर, यह लोगों को लगता सी शायद गल्लां बणियां, यह गुरबाणी सुन के उठ जाते ने, इन्हां नूं अर्थ नहीं पता, अर्थ तुहाडे सामने बैठे है। और मैं बेनती करांगा फिक्र ना करियो, तुर सारिआं ने जाणा, पता नहीं इत्थों उठदिआं बाहर जांदिआं किने घर पहुंचना कि नहीं। और कहिंदे सियाणे कह गए भी घड़े ते हथ रख के पानी ना पियो, तुहानूं किने कहा भी अगला गिलास पीना तुसीं, असीं घड़े ते हथ रख लैंदे पानी पीण लगे भी होर पाउणा, अजे तुहानूं की पता तुसीं पाउणा कि नहीं पाउणा अगला गिलास। तुर सारिआं ने जाणा, सदीवी कोई नहीं, स्थिर कोई नहीं। पर एक गल याद रखियो, मेरे वर्गियां दे चले जाण तों बाद घर दे अगों गेट तों तख्ती लत जांदी, मुंडे दी लग जांदी है, उहदे मुंडे ने उहदी तख्ती ला के घर दे गेट ते अपना नां लिख लेना। इन्हां योधियां दे पिंडां दे गेट ते नां लिखे होणगे भी पिंड किहनां नूं बिलोंग करदा, इह किहनां दा पिंड है, इह गल याद रखियो। जी तां नहीं मोड़े जांदे जिहड़े तुर जांदे ने साडे कोलों, पर देखण वाली गल है कि सानूं दे के की गए ने। और कोई संघर्ष कुर्बानियां तो बिना अज तक सर नहीं होया। बंदा बहादुर साहब का जिक्र होने मंच तो किया सी, आदियां साहब ने भी, उन्होंने भी जे छोटे साहबजादियां लई एडी वड्डी लड़ाई लड़ी, उन्होंने शहादत का बदला लिया, तो जान तो उन्होंने भी देनी पई, उन्होंने सात साल के बच्चे की भी जान गई सी। सो ये संघर्ष लड़ाइया दूर रह के नहीं लड़े जाते, शीशे के कमरे च बंद के नहीं लड़ाइया वेखिया जांदियां, नित्तरना पैंदा विच जाना पैंदा। सो मैं बेनती ये करांगा कि तुसीं अज साढ़े सत महीने तो उत्थे मोर्चा लाया, उस तो दो ढाई महीने पहला इत्थे चलदा सी, जिहड़ा तुहाडा मोर्चा पंजाब दा कामयाब नहीं ना होया, यह बहुत चंगी गल होगी, यह पंजाब दे नहीं हिंदुस्तान दे फायदे च गल होगी। जे तुहाडा मोर्चा पंजाब च बैठिया तो फतेह हो जाता ना, मंगा ही दो सी, MSP लागू कर दिओ ते कोर्ट च जाण दा अधिकार दे दिओ, जे मन्नियां जांदियां गल इत्थे ही मुक जाणी सी। और एडियां वड्डियां लड़ाइयां दे विच जाके लोकां नूं पता लगा भी उन्हां कानूनां दे विच किसानी दे खिलाफ है की है, यह पढ़ाई नहीं सी होनी, यह लोकां तक गल ही नहीं सी पहुंचनी, हौली हौली पता लगना सी जदों कैंसर अंदरों अंदर ही फैलना सी। और एक गल याद रखियो, लड़ाई तुसीं अपने लई नहीं लड़ रहे, हिंदुस्तान लई भी नहीं लड़ रहे। हुणे जिद्दां जिक्र होया सी मंच तों कि न्यूजीलैंड दे विच वी अजे किसान सड़कां ते आ गया, एक वर्ल्डवाइड पूरे संसार नूं घेरिया जा रहा है, संसार दे किसान नूं बंधुआ मजदूर बनाउण दी कोशिश की जा रही है, एक बहुत वड्डी प्लैनिंग है इहदे पिछे। कि अज जदों एक मिसाल देना तुहानूं, जदों दुनिया च करोना च सब कुछ बंद हो गया सी, साडियां फिल्मां भी बंद हो गईयां, बसां ट्रेनां जहाज चलने भी बंद हो गए, दुनिया भर का सारा कारोबार ठप हो गया, पेट्रोल पंपां ते कोई तेल पवाउण नहीं आ रहा, जदों मोबाइल विकने बंद हो गए, गड्डियां विकणियां बंद हो गई, जदों दुकानां ते टैलीविजन विकने बंद हो गए, जदों दुकानां ते पूड़ियां छोले समोसे विकने बंद हो गए सी, दुनिया च एक चीज सी जिहड़ी बंद नहीं सी होई, उह सी अनाज। अनाज तो बिना कोई दुनिया नहीं चलती, सरकार नूं भी कहना पैंदा सी भी दुकान तो जाके राशन लिया सकदे हो। यह जिहड़ा वर्ल्डवाइड कारपोरेट उहदे दिमाग च एक गल बैठी हुई है कि संसार च इक्को ही बिजनेस है जिहड़ा सदा बहार है, और पूरे संसार च वह है राशन। वह चाहते हैं कि राशन का उत्पादन अपने कब्जे च कर लो, यह दुनिया का सब तो वड्डा बिजनेस है, किसान ने कदे नूं बिजनेस समझ के नहीं किया। अज जिहड़ा गरीब किसान भी इत्थे बैठा है ना, वो गुरबत का मारिया अपने ट्रैक्टर नूं छड्डो स्कूटर की किश्त देन तो भी आवा जा रहा है, पर जे उहदी जमीन का हिसाब ला के वेख लो कोई करोड़ डेढ़ करोड़ की जमीन हैगी है उहदी, जे चार किले भी है ना पता लगता 35 लाख नूं किला, पर उहनूं कदे अहसास ही नहीं हुंदा कि मैं करोड़पति हाँ, क्योंकि उहदी उह जमीन वेचण वास्ते नहीं है। उहने नहीं सोचा कि जे मैं वेच दांगा मैनूं करोड़ रुपया आ जाएगा, डेढ़ करोड़ आ जाएगा, तो मैं कोई हट्टी पा लैना, उहदे वास्ते वेचण वाली चीज नहीं है। इदां ही अनाज भी उहदे लई व्यापार की चीज नहीं है कि मैं इहदा व्यापार करना है,
ਉਹਦੇ ਲਈ ਇਹ ਪੈਦਾਵਾਰ ਹੈ ਜਿਹਦੇ ਨਾਲ ਦੁਨੀਆ ਚੱਲਦੀ ਹੈ। ਹਾਂ ਇਹ ਵੱਖਰੀ ਗੱਲ ਹੈ ਕਿ ਜੇ ਅਨਾਜ ਪੈਦਾ ਕਰਦਾ ਉਹੀ ਉਹਦਾ ਸੋਰਸ ਆਫ ਇਨਕਮ ਹੈ, ਉਹਨੂੰ ਅਨਾਜ ਦੇ ਪੈਸੇ ਮਿਲਣੇ ਚਾਹੀਦੇ ਨੇ। ਇਹੀ ਲੜਾਈ ਹੈ ਨਾ ਕਿ ਜੋ ਮੈਂ ਪੈਦਾ ਕਰਦਾ ਜਿੰਨਾ ਮੇਰਾ ਹੱਕ ਹੈ। ਪਹਿਲੀ ਗੱਲ ਤੇ ਸਾਡੇ ਵਾਸਤੇ ਬਹੁਤ ਸੰਸਾਰ ਸਾਰੇ ਵਾਸਤੇ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਇੱਥੇ ਬਾਹਰ ਮੂੰਗਫਲੀ ਵਾਲਾ ਮੂੰਗਫਲੀ ਲਾ ਕੇ ਬੈਠਾ ਹੁੰਦਾ ਨਾ, ਉਹਨੂੰ ਕਹਿੰਦੇ ਮੂੰਗਫਲੀ ਦਾ ਕੀ ਰੇਟ ਹੈ, ਉਹ ਕਹਿੰਦਾ 50 ਰੁਪਏ ਕਿਲੋ। ਮੈਂ ਕਹਿੰਦਾ 40 ਰੁਪਏ ਦੀ, ਕਹਿੰਦਾ ਹੈ ਨਹੀਂ ਚਲੋ ਅੱਗੇ। ਗਾਜਰਾਂ ਵਾਲੇ ਨੂੰ ਵੀ ਜੇ ਗਾਜਰਾਂ ਨਹੀਂ ਰੇਟ ਸਹੀ ਲੱਗਦਾ, ਮੁਰੱਬੇ ਵਾਲੇ ਕੇ ਚਲੇ ਜਾਓ, ਮੁਰੱਬਾ ਉਹ ਕਹਿੰਦਾ ਜੀ 150 ਰੁਪਈਏ ਕਿਲੋ, ਤੁਸੀਂ ਕਹਿੰਦੇ 130 ਦਾ, ਕਹਿੰਦਾ ਹੈ ਨਹੀਂ ਅੱਗੇ ਚਲੋ। ਦੁਨੀਆਂ ਦੀ ਕੋਈ ਚੀਜ਼ ਹੈ, ਹਰ ਬੰਦਾ ਆਪਣੀ ਚੀਜ਼ ਦਾ ਰੇਟ ਦੱਸਦਾ, ਪਰ ਇੱਕ ਕਿਸਾਨ ਹੈ ਵਿਚਾਰਾ 6 ਮਹੀਨੇ ਦੀ ਮਿਹਨਤ ਆਪਣੀ ਫਸਲ ਤੇ ਲਾ ਕੇ ਮੰਡੀ 'ਚ ਜਾ ਕੇ ਆਪਣੇ ਪੈਦਾਵਾਰ ਸੁੱਟ ਕੇ ਲੋਕਾਂ ਦੇ ਮੂੰਹ ਵੱਲ ਦੇਖਦਾ ਕੀ ਰੇਟ ਲਾਉਣਾ ਜੀ ਇਹਦਾ। ਜਿਹਦੇ ਬਿਨਾਂ ਤੁਸੀਂ ਦੁਨੀਆਂ ਤੇ 4 ਦਿਨ ਜਿਉਂਦੇ ਨਹੀਂ ਰਹਿ ਸਕਦੇ, ਉਹ ਚੀਜ਼ ਆਪਣੀ ਥੱਲੇ ਜ਼ਮੀਨ ਤੇ ਸੁੱਟ ਕੇ ਵਿਚਾਰਾ ਰੇਟ ਪੁੱਛਦਾ ਹੁੰਦਾ, ਇਹਦਾ ਕੋਈ ਰੇਟ ਲਾ ਦਿਓ ਆ ਕੇ। ਜਦਕਿ ਦੁਨੀਆਂ ਦਾ ਹਰ ਬੰਦਾ ਆਪਣੀ ਚੀਜ਼ ਦਾ ਆਪ ਰੇਟ ਤੈਅ ਕਰਦਾ। ਤੇ ਜੇ ਇਸ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਹੋਣਾ ਦੇ ਟਾਈਮ ਤੇ ਇੱਕ ਕਿਸਾਨੀ ਨੂੰ ਜੀਵਿਤ ਕਰਨ ਵਾਸਤੇ, ਕਿਸਾਨੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਅਗਰ ਇੱਕ ਕਾਨੂੰਨ ਲੈ ਹੀ ਆਉਂਦਾ ਸੀ MSP, ਇੱਕ ਟਾਈਮ ਆ ਗਿਆ ਸੀ। ਸਾਡੇ ਨੌਜਵਾਨ ਬੱਚਿਆਂ ਨੂੰ ਨਹੀਂ ਪਤਾ ਹੋਣਾ, ਜਦੋਂ ਅਸੀਂ ਮਾਣ ਕਰਦੇ ਹਾਂ ਕਿ ਅਸੀਂ ਕਣਕ ਦੀ ਪੈਦਾਵਾਰ ਸਭ ਤੋਂ ਵੱਧ ਕਰਦੇ ਹਾਂ, ਇੱਕ ਟਾਈਮ ਸੀ ਜਦੋਂ ਕਣਕ ਵੀ ਅਮਰੀਕਾ ਤੋਂ ਮੰਗਾਈ ਜਾਂਦੀ ਸੀ, ਜਦੋਂ ਅਸੀਂ ਕਣਕ ਇੰਪੋਰਟ ਕਰਦੇ ਸੀ, ਉਧਰੋਂ ਆਉਂਦੀ ਸੀ ਤੇ ਲੋਕੀ ਰੋਟੀ ਖਾਂਦੇ ਸੀ। ਉਦੋਂ ਸ਼ਾਸਤਰੀ ਸਾਹਿਬ ਨੇ ਕਿਹਾ ਸੀ, ਹਰਿਆਣਾ ਪੰਜਾਬ ਚਲੋ ਇੱਕੋ ਹੀ ਗੱਲ ਸੀ, ਉਦੋਂ ਬੇਨਤੀ ਕੀਤੀ ਸੀ ਕਿ ਤੁਸੀਂ ਕਣਕ ਪੈਦਾ ਕਰ ਦਿਓ, ਜੋ ਕਹੋਗੇ ਮੈਂ ਦਿਆਂਗਾ। ਉਹਨਾਂ ਨੂੰ ਪਤਾ ਸੀ ਇਹ ਜ਼ਰਖੇਜ਼ ਧਰਤੀ ਹੈ, ਇਹ ਜਾਂਬਾਜ਼ ਲੋਕ ਨੇ, ਇਹ ਕਰਨਗੇ। ਉਦੋਂ ਹਰੀ ਕ੍ਰਾਂਤੀ ਦਾ ਜ਼ਿੰਮੇਵਾਰੀ ਜਿਹੜੀ ਉਹ ਪੰਜਾਬ ਨੇ ਲਈ ਸੀ। ਆ ਹਰੀਆਂ ਪੱਗਾਂ ਤੁਹਾਡੇ ਸਿਰਾਂ ਤੇ ਐਵੇਂ ਨਹੀਂ ਵੱਜੀਆਂ ਅੱਜ, ਉਸ ਹਰੀ ਕ੍ਰਾਂਤੀ ਦੀ ਨਿਸ਼ਾਨੀ ਹੈ। ਹਰੀ ਕ੍ਰਾਂਤੀ ਕਦੋਂ ਆਈ ਸੀ, ਜਦੋਂ ਕਿਸਾਨ ਨੂੰ ਕਿਹਾ ਗਿਆ ਸੀ ਕਿ ਤੂੰ ਦੁਨੀਆਂ ਦੀਆਂ ਬਾਕੀ ਸਾਰੇ ਕੰਮ ਛੱਡ ਦੇ, ਹੋਰ ਫਸਲਾਂ ਛੱਡ ਦੇ, ਕਣਕ ਉਗਾ, ਝੋਨਾ ਲਾ, ਹਰੀ ਕ੍ਰਾਂਤੀ ਲਿਆਓ ਪੰਜਾਬ ਦੇ ਵਿੱਚ। ਪੰਜਾਬ 'ਚ ਆਏਗੀ, ਪੂਰੇ ਹਿੰਦੁਸਤਾਨ 'ਚ ਆਏਗੀ। ਤੇ ਜੇ ਕਿਸਾਨ ਨੇ ਉਦੋਂ ਸਾਰਾ ਕੁਛ ਛੱਡ ਕੇ ਆਪਣੇ ਆਪ ਨੂੰ ਡੈਡੀਕੇਟ ਕਰਤਾ ਕਣਕ ਤੇ ਝੋਨੇ ਤੇ, ਜਦੋਂ ਅੱਜ ਅਸੀਂ ਪ੍ਰਫੁੱਲਿਤ ਹੋ ਗਏ, ਜਦੋਂ ਦੇਸ਼ ਅੱਜ ਰੋਸ਼ਨ ਹੋ ਗਿਆ, ਜਦੋਂ ਦੇਸ਼ ਤਰੱਕੀ ਕਰ ਗਿਆ, ਅੱਜ ਕਿਸਾਨ ਨੂੰ ਕਹੀਏ ਕੋਈ MSP ਨਹੀਂ, ਉਹ ਵਿਚਾਰਾ ਕਿੱਥੇ ਜਾਵੇ? ਉਹਦੀਆਂ ਹੁਣ ਤੀਜੀ ਪੁਸ਼ਤ ਆ ਜਿਹੜੀ ਇਸ ਚੱਕਰਵਾਤ 'ਚ ਫਸੀ ਹੋਈ ਹੈ, ਜਿਹੜੀ ਇਹੀ ਫਸਲਾਂ ਬੀਜ ਬੀਜ ਕੇ ਅੱਜ ਤੱਕ ਇੱਥੇ ਤੱਕ ਪਹੁੰਚੀ ਹੈ। ਉਹਨੇ ਆਪਣੇ ਬੱਚਿਆਂ ਨੂੰ ਹੋਰ ਕਿਸੇ ਪਾਸੇ ਲਾਇਆ, ਜਿਹੜੇ ਬਜ਼ੁਰਗ ਬੈਠੇ ਨੇ ਇਹਨਾਂ ਦੇ, ਬਜ਼ੁਰਗਾਂ ਨੇ ਰੋਕਿਆ ਹੁੰਦਾ ਵੀ ਆਪਾਂ ਨਹੀਂ ਕਣਕ ਲਾਉਣੀ, ਪੁੱਤ ਆਹ ਕੰਮ ਕਰ ਲਓ, ਉਹ ਕਰ ਲਓ, ਇਹ ਨਾ ਲਾਉਂਦੇ। ਇੱਕ ਦੇਸ਼ ਦੇ ਵਿੱਚ ਚਲਨ ਚਲਾਇਆ, ਵਿਵਸਥਾ ਨੇ, ਸਰਕਾਰ ਨੇ, ਤੁਸੀਂ ਸਿਰਫ ਉਹਨਾਂ ਦਾ ਸਾਥ ਦਿੱਤਾ ਕਿ ਅਸੀਂ ਹਰੀ ਕ੍ਰਾਂਤੀ ਲਿਆਵਾਂਗੇ ਪੰਜਾਬ 'ਚ। ਅੱਜ ਉਹਦਾ ਆਹ ਸਿਲਾ ਕਿ ਤੁਹਾਡੀ MSP ਤੇ ਵੀ ਇਤਰਾਜ਼ ਕੀਤਾ ਜਾਵੇ, ਕਿਸਾਨ MSP ਕਿਉਂ ਮੰਗਦਾ? ਸੋਸ਼ਲ ਸਿਸਟਮ ਇੰਨਾ ਵਿਗੜ ਗਿਆ ਤੁਹਾਡਾ ਕਿ ਅੱਜ ਉਹ ਤੁਹਾਡੇ ਨਾਲ ਖੜਨ ਦੇ ਆਪਣੇ ਆਪ ਨੂੰ ਕਾਬਲ ਨਹੀਂ ਸਮਝਦਾ। ਸੋਸ਼ਲ ਸਿਸਟਮ ਦੇ ਵਿੱਚ ਮੀਡੀਆ ਵੀ ਆਉਂਦਾ, ਵੱਡੇ ਵੱਡੇ ਲੋਕ ਆਉਂਦੇ ਨੇ ਜਿਹੜੇ ਬੋਲਣ ਤੋਂ ਵੀ ਗੁਰੇਜ਼ ਕਰਦੇ ਨੇ। ਪਰ ਮੈਂ ਤੁਹਾਨੂੰ ਇੱਕ ਮੁਬਾਰਕਬਾਦ ਇਹ ਵੀ ਦੇਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਮੋਰਚਾ ਕਈ ਮਹੀਨਿਆਂ ਤੋਂ ਚੱਲ ਰਿਹਾ, ਅਜੇ ਜਿੱਤ ਹਾਸਲ ਨਹੀਂ ਹੋਈ, ਪਰ ਨਹੀਂ, ਆਖਰੀ ਜਿੱਤ ਹਾਸਲ ਨਹੀਂ ਹੋਈ, ਤੁਸੀਂ ਵਿੱਚ ਵਿੱਚ ਬਹੁਤ ਜਿੱਤਾਂ ਹਾਸਲ ਕਰ ਲਈਆਂ। ਪਹਿਲੀ ਜਿੱਤ ਤੁਸੀਂ ਹਾਸਲ ਕੀਤੀ ਸੀ ਜਿੱਦਣ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਹਰਿਆਣਾ ਨਹੀਂ ਟੱਪਣ ਦੇਣਾ, ਤੁਸੀਂ ਦਿੱਲੀ ਦੇ ਬਾਰਡਰ ਤੇ ਜਾ ਕੇ ਬਹਿ ਗਏ ਸੀ, ਉਹ ਪਹਿਲੀ ਜਿੱਤ ਸੀ ਤੁਹਾਡੀ। ਫਿਰ ਤੁਸੀਂ ਦੂਸਰੀ ਜਿੱਤ ਜਿੱਤੀ ਜਦੋਂ ਇਸ ਚਾਲੂ ਮੀਡੀਆ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਮਾਓਵਾਦੀ ਨੇ, ਇਹ ਖਾਲਿਸਤਾਨੀ ਨੇ, ਇਹ ਵੱਖਵਾਦੀ ਨੇ, ਇਹ ਕਮਿਊਨਿਸਟਾਂ ਦਾ ਟੋਲਾ, ਕਿਹੜਾ ਕਿਹੜਾ ਇਲਜ਼ਾਮ ਮੋਰਚੇ ਤੇ ਨਹੀਂ ਲੱਗਾ। ਤੁਸੀਂ ਉਹਦੇ ਵਿੱਚੋਂ ਪਾਰ ਨਿਕਲ ਕੇ ਪੂਰੇ ਦੇਸ਼ ਦਾ ਦਿਲ ਜਿੱਤਿਆ, ਪਰ ਇੱਥੇ ਹੀ ਨਹੀਂ, ਦੁਨੀਆਂ ਦੇ ਹਰ ਕੋਨੇ 'ਚ ਜੇ ਲੋਕਾਂ ਨੇ ਤੁਹਾਨੂੰ ਸਤਿਕਾਰ ਦਿੱਤਾ ਤਾਂ ਤੁਸੀਂ ਉਸ ਮੀਡੀਆ ਦੀ ਜੰਗ ਵੀ ਜਿੱਤੀ ਹੈ, ਉਹ ਨਰੇਟਿਵ ਨਹੀਂ ਸੈੱਟ ਕਰ ਸਕੇ। ਪਹਿਲੀ ਵਾਰੀ ਹੋਇਆ ਕਿ ਇੰਡੀਆ ਦੇ ਵਿੱਚ ਮੀਡੀਆ ਫੇਲ ਹੋਇਆ, ਵਰਨਾ ਮੀਡੀਆ ਨੇ ਜੋ ਨਰੇਟਿਵ ਸੈੱਟ ਕੀਤਾ ਉਹੀ ਸੈੱਟ ਹੋਇਆ ਇਸ ਦੇਸ਼ ਦੇ ਵਿੱਚ। ਅੱਜ ਤੁਸੀਂ ਮੀਡੀਆ ਤੇ ਵੀ ਜਿੱਤ ਹਾਸਲ ਕੀਤੀ ਹੈ, ਔਰ ਅੱਜ ਉਸ ਸਿਚੁਏਸ਼ਨ ਆ ਗਈ ਹੈ ਕਿ ਤੁਹਾਨੂੰ ਬੁਰਾ ਤਾਂ ਨਹੀਂ ਬਣਾ ਸਕੇ, ਉਹਨਾਂ ਨੇ ਤੁਹਾਨੂੰ ਕਵਰ ਕਰਨਾ ਹੀ ਬੰਦ ਕਰਤਾ ਵੀ ਜਾਓ ਹੀ ਨਾ ਉੱਥੇ, ਕਿਉਂਕਿ ਬੁਰਾ ਨਹੀਂ ਸਾਬਤ ਕਰ ਸਕੇ ਤੇ ਅਛਾਈ ਵੀ ਸਾਹਮਣੇ ਨਾ ਆਵੇ। ਉਹ ਵੀ ਤੁਹਾਡੀ ਜਿੱਤ ਹੈ, ਤੁਹਾਡੀ ਅਗਲੀ ਜਿੱਤ ਹੋਈ
ਜਿਹੜਾ ਤੁਹਾਨੂੰ ਸੂਬਿਆਂ 'ਚ ਵੰਡਿਆ ਗਿਆ ਸੀ ਕਿ ਹਰਿਆਣਾ ਪੰਜਾਬ ਨੂੰ ਵੇਖ ਕੇ ਡੇਲੇ ਕੱਢਦਾ, ਅਸੀਂ ਪੰਜਾਬੀ ਜਿਹੜੇ ਆ ਹਰਿਆਣਵੀਆਂ ਨੂੰ ਵੇਖ ਕੇ ਮੱਚ ਜਾਂਦੇ ਹਾਂ, ਪੱਛਮੀ ਉੱਤਰ ਪ੍ਰਦੇਸ਼ ਵਾਲੇ ਸਾਡੇ ਤੋਂ ਚਿੜਦੇ ਨੇ, ਅਸੀਂ ਉਹਨਾਂ ਨੂੰ ਨਹੀਂ ਦੇਖ ਸਿਖਾਉਂਦੇ, ਇੱਕ ਨਰੇਟਿਵ ਸੈੱਟ ਕੀਤਾ ਸੀ। ਅੱਜ ਬਾਰਡਰਾਂ ਤੇ ਜਾ ਕੇ ਵੇਖੋ, ਇੱਕ ਇੱਕ ਟੈਂਟ ਦੇ ਵਿੱਚ ਸਾਰੇ ਰਲ ਕੇ ਸੌਂਦੇ ਨੇ, ਹਰਿਆਣਵੀ ਦੇ ਨਾਲ ਪੰਜਾਬੀ ਸੁੱਤਾ, ਉਹਦੇ ਅੱਗੇ ਯੂਪੀ ਵਾਲਾ ਪਿਆ ਹੁੰਦਾ, ਉਹ ਆਪਣੇ ਆਪਣੇ ਪੋਣੇ 'ਚ ਖੋਲ ਖੋਲ ਕੇ ਰੋਟੀਆਂ ਇੱਕ ਦੂਜੇ ਨਾਲ ਸ਼ੇਅਰ ਕਰੀ ਜਾਂਦੇ ਨੇ, ਇੱਕ ਜਣਾ ਲੰਗਰ ਲੈ ਕੇ ਆਉਂਦਾ ਕਿਤੋਂ ਸਾਰਿਆਂ ਨੂੰ ਉਹੀ ਖੀਰ ਖਵਾਈ ਜਾਂਦਾ, ਉਹਦੇ ਬਾਟੇ 'ਚੋਂ ਹੱਥ ਨਾਲ ਹੀ ਖਾਈ ਜਾਂਦੇ ਨੇ। ਤੁਸੀਂ ਏਕਤਾ ਜਿੱਤ ਲਈ, ਇਹ ਤੁਹਾਡੀ ਅਗਲੀ ਜਿੱਤ ਹੈ, ਇਹਨੂੰ ਕਹਿੰਦੇ ਨੈਸ਼ਨਲ ਇੰਟੈਗਰੇਸ਼ਨ। ਰਾਸ਼ਟਰੀ ਏਕਤਾ ਦੇਖਣੀ ਆ, ਮੋਰਚੇ ਤੇ ਜਾ ਕੇ ਦੇਖੋ, ਗੱਲਾਂ ਨਾਲ ਨਹੀਂ ਰਾਸ਼ਟਰੀ ਏਕਤਾ ਬਣਦੀ। ਉਸ ਤੋਂ ਅਗਲੀ ਜਿੱਤ ਜਦੋਂ ਇਹ ਕਿਹਾ ਗਿਆ ਕਿ ਕੋਈ ਨਹੀਂ, ਇਹਨਾਂ ਨੂੰ ਬੈਠੇ ਰਹਿਣ ਦਿਓ, ਠੰਡ ਆਲਣ ਦਿਓ, ਜੇ ਸਾਰੇ ਖਿਸਕਣਾ ਗਏ ਤਾਂ ਗੱਲ ਕਰਿਓ। ਤੁਸੀਂ ਇੰਨੀ ਦ੍ਰਿੜਤਾ ਨਾਲ ਉੱਥੇ, ਏਡੇ ਨਿਸ਼ਚੇ ਨਾਲ ਉੱਥੇ ਬੈਠੇ ਕਿ ਤੁਸੀਂ ਤਾਂ ਕੀ ਖਿਸਕਣਾ ਸੀ, ਠੰਡ ਹੀ ਖਿਸਕ ਗਈ ਕਿਸੇ ਪਾਸੇ, ਵੀ ਇਹ ਨਹੀਂ ਮੰਨਦੇ। ਉਸ ਤੋਂ ਬਾਅਦ ਕਹਿੰਦੇ ਚਲੋ ਠੰਡ ਤਾਂ ਝੱਲ ਗਏ, ਅੱਗ ਬਾਲ ਕੇ। ਆ ਗਰਮੀ 'ਚ ਦੇਖਿਓ ਜਦੋਂ ਕਹਿੰਦੇ ਨਾ ਹਾੜ ਦੇ ਮਹੀਨੇ ਜੱਟ ਸਾਧ ਹੋ ਜਾਂਦਾ, ਕਹਿੰਦੇ ਫਿਰ ਵੇਖਿਓ ਭੱਜਦੇ ਘਰਾਂ ਨੂੰ, ਤੇ ਗਰਮੀ ਦੇ ਮਹੀਨੇ ਦੇ ਵਿੱਚ ਤੰਬੂਆਂ ਨੂੰ ਅੱਗ ਲਾ ਲਾ ਕੇ ਵੇਖ ਲਈ, ਉੱਥੋਂ ਦੇ ਅੱਗ 'ਚੋਂ ਕੋਈ ਨਹੀਂ ਭੱਜਿਆ, ਗਰਮੀ 'ਚੋਂ ਕਿਹੜਾ ਭੱਜਦਾ। ਤੁਸੀਂ ਗਰਮੀ ਵੀ ਜਿੱਤੀ ਹੈ, ਤੁਸੀਂ ਠੰਡ ਜਿੱਤੀ, ਗਰਮੀ ਜਿੱਤੀ, ਤੁਸੀਂ ਬਾਰਿਸ਼ਾਂ ਜਿੱਤੀਆਂ, ਹੜ੍ਹ ਵੀ ਆਏ ਤੁਹਾਡੇ ਤੰਬੂਆਂ 'ਚ, ਪਾਣੀ ਵੜ ਗਏ ਗੋਡੇ ਗੋਡੇ, ਤੁਹਾਡੀਆਂ ਤਲਾਈਆਂ ਖੇਸ ਕੰਬਲ ਸਰਾਣੇ ਭਿੱਜੇ ਨੇ, ਪਰ ਕੌਣ ਉੱਥੋਂ ਮੁੜ ਕੇ ਆਇਆ। ਔਰ ਇੱਕ ਬੇਨਤੀ ਕਰਨਾ ਚਾਹਾਂਗਾ ਕਿ 550 ਤੋਂ ਵੱਧ ਸ਼ਹਾਦਤਾਂ ਉੱਥੇ ਹੋ ਚੁੱਕੀਆਂ ਨੇ, ਔਰ ਕੁਛ ਸ਼ਹਾਦਤਾਂ ਐਸੀਆਂ ਹੋਣਗੀਆਂ ਜਿਹੜੀਆਂ ਨੋਟਿਸ ਨਹੀਂ ਹੋਈਆਂ ਹੋਣਗੀਆਂ। ਕੋਈ ਲੋਕ ਘਰ ਜਾ ਕੇ ਲੱਗਾ ਕਿ ਸ਼ਾਇਦ ਕਿਸੇ ਬਿਮਾਰੀ ਨਾਲ ਪੂਰੇ ਹੋ ਗਏ, ਵੀ ਆਇਆਂ ਨੂੰ ਹੁਣ ਤਾਂ ਮਹੀਨਾ ਹੋ ਗਿਆ ਸੀ ਉੱਥੋਂ, ਹੁਣ ਪਰ ਕੀ ਪਤਾ ਵਿਚਾਰਾ ਅੰਦਰੋਂ ਕਿਹੜੀ ਪੇਨ, ਕਿਹੜੀ ਦਰਦ, ਕੀ ਅੰਦਰੋਂ ਲੈ ਕੇ ਆਇਆ ਸੀ, ਜਿਹਨੇ ਮਹੀਨੇ ਬਾਅਦ ਵੀ ਅਟੈਕ ਕੀਤਾ, ਡੇਢ ਮਹੀਨੇ ਬਾਅਦ ਵੀ, ਦੋ ਮਹੀਨੇ ਬਾਅਦ ਵੀ ਕੀਤਾ ਹੋ ਸਕਦਾ। ਪਰ ਜਿਹੜੀਆਂ 550 ਸ਼ਹਾਦਤਾਂ ਸਾਹਮਣੇ ਪ੍ਰਤੱਖ ਨੇ, ਇੱਕ ਹੋਰ ਜੰਗ ਤੁਸੀਂ ਜਿੱਤ ਲਈ, ਜਿੱਦਣ ਕਹਿੰਦੇ ਸੀ ਇਹਨਾਂ 'ਚੋਂ ਇੱਕ ਅੱਧਾ ਫੁੜਕ ਗਿਆ ਫੇਰ ਭੱਜਣਗੇ, ਅੱਜ 550 ਸ਼ਹਾਦਤਾਂ ਹੋ ਚੁੱਕੀਆਂ, ਉੱਥੇ ਜਾ ਕੇ ਗਿਣ ਕੇ ਦਿਖਾ ਦਿਓ, ਜੇ 550 ਬੰਦਾ ਵੀ ਉੱਥੋਂ ਘਟਿਆ ਹੋਵੇ ਤਾਂ ਉਦੋਂ ਵੱਧ ਉੱਥੇ ਜਾ ਕੇ ਬਹਿ ਜਾਂਦੇ ਆ। ਪਰ ਹੁਣੇ ਜ਼ਿਕਰ ਹੋਇਆ ਸੀ ਛੋਟੇ ਜਿਹੇ 13 ਸਾਲ ਦੇ ਬੱਚੇ ਦਾ, ਉਹਦਾ ਮੈਂ ਵੀਡੀਓ ਵੀ ਦੇਖਿਆ ਨੈੱਟ ਤੇ, ਲੱਭ ਵੀ, ਪੁਲਿਸ ਦੀ ਬੱਸ ਦੇ ਵਿੱਚ ਬੈਠਾ ਇੰਟਰਵਿਊ ਦੇ ਰਿਹਾ ਮੀਡੀਆ ਵਾਲਿਆਂ ਨੂੰ, 13 ਸਾਲ ਦਾ ਬੱਚਾ, ਉਹ ਕਹਿ ਰਿਹਾ ਕਿ ਮੈਨੂੰ ਜੇਲ੍ਹ ਲੈ ਕੇ ਚੱਲੇ ਨੇ, ਮੈਨੂੰ ਚੁੱਕ ਲਿਆ ਇਹਨਾਂ ਨੇ, ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ, ਪਰ ਜੇ ਮੈਂ ਜੇਲ੍ਹ 'ਚ ਮਰ ਵੀ ਗਿਆ ਤੇ ਸਿੰਘੂ ਬਾਰਡਰ ਦੇ ਕਿਸੇ ਯੂਨੀਅਨ ਦੇ ਨੇਤਾ ਨੂੰ ਕਹਿ ਦਿਓ ਕਿ ਮੈਨੂੰ ਉੱਥੇ ਸਿੰਘੂ ਬਾਰਡਰ ਤੇ ਲੈ ਕੇ ਜਾਵੇ, ਇਹ ਜਜ਼ਬਾ ਕਿੱਦਾਂ ਮਾਰ ਲਓਗੇ ਤੁਸੀਂ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜ਼ਰੂਰ ਇੱਥੇ ਸਰਕਾਰ ਦੇ ਨੁਮਾਇੰਦੇ ਵੀ ਬੈਠੇ ਹੋਣਗੇ, ਇਹ ਵੀ ਲਿਖਾ ਲਓ ਮੇਰੇ ਕੋਲੋਂ, ਹਰ ਥਾਂ 'ਤੇ ਇਹ ਜ਼ਰੂਰੀ ਹੁੰਦਾ ਕਿ ਉਹ ਵੀ ਆ ਕੇ ਦੇਖਦੇ ਨੇ ਵੀ ਇੱਥੇ ਕੀ ਚੱਲਦਾ ਪਿਆ ਕੀ। ਸੋ ਮੇਰੀ ਬੇਨਤੀ ਹੈ ਕਿ ਅੱਜ ਸਾਰਾ ਸੰਸਾਰ ਤੁਹਾਨੂੰ ਦੇਖ ਰਿਹਾ ਔਰ ਇਹ ਇਤਿਹਾਸ ਲਿਖਿਆ ਜਾ ਰਿਹਾ, ਇਤਿਹਾਸ ਨੂੰ, ਆਪਣੇ ਇਤਿਹਾਸ ਨੂੰ ਆਪ ਕਾਲਾ ਨਾ ਕਰੋ, ਕਿਉਂਕਿ ਇਹੋ ਜਿਹੀ ਇਨੋਸੈਂਟ ਕੌਮ ਫਾਰਮਰ ਤੋਂ ਉੱਪਰ ਕੋਈ ਚੀਜ਼ ਨਹੀਂ। ਔਰ ਜਿੱਥੇ ਜਿੱਥੇ ਇਹ ਮਾਡਲ ਅਜਮਾਏ ਗਏ ਨੇ, ਅੱਜ ਅਮਰੀਕਾ ਦਾ ਕਿਸਾਨ ਖਤਮ ਹੋ ਗਿਆ, ਪੜ੍ਹ ਕੇ ਦੇਖ ਲਿਓ, ਅੱਜ ਹਰ ਦਿਨ ਯੂਕੇ ਦੇ ਵਿੱਚ ਵੀ ਇੱਕ ਕਿਸਾਨ ਖੇਤੀ ਛੱਡ ਰਿਹਾ ਔਨ ਐਨ ਐਵਰੇਜ, ਕੱਢ ਕੇ ਦੇਖ ਲਓ। ਪਰ ਉਹ ਮੁਲਕ ਕਿਉਂ ਚੱਲਦੇ ਨੇ ਕਿ ਉੱਥੇ ਕੰਪਨਸੇਸ਼ਨ ਬਹੁਤ ਹੈ, ਜੇ ਕਿਸਾਨ ਨੂੰ ਕਿਸਾਨੀ 'ਚ ਘਾਟਾ ਪੈ ਰਿਹਾ, ਉਹ ਘਾਟਾ ਕਿਸਾਨ ਦਾ ਨਹੀਂ, ਉਹ ਸਰਕਾਰ ਦਾ ਘਾਟਾ, ਸਰਕਾਰ ਪੂਰਾ ਕਰਦੀ ਉਹਦਾ ਘਾਟਾ, ਵੀ ਤੂੰ ਖੇਤੀ ਕਰ, ਤੈਨੂੰ ਘਾਟਾ ਨਹੀਂ ਪੈਣ ਦਿੰਦੇ। ਪਰ ਇੱਥੇ ਕਿਸਾਨ ਫਾਹ ਲੈ ਕੇ ਮਰ ਜਾਂਦੇ ਨੇ, ਕਿਸਾਨ ਜ਼ਹਿਰ ਪੀ ਜਾਂਦੇ ਨੇ ਵਿਚਾਰੇ, ਕਿਸੇ ਨੂੰ ਫਿਕਰ ਨਹੀਂ, ਕਿਸੇ ਨੂੰ ਕੋਈ ਫਾਕਾ ਨਹੀਂ, ਪਤਾ ਨਹੀਂ ਕਿਸੇ ਨਾਲ ਕੀ ਬੀਤਦੀ ਪਈ ਹੈ। ਸੋ ਇਹ ਗੁਰੂ ਨਾਨਕ ਦੀ ਧਰਤੀ ਹੈ, ਗੁਰੂ ਨਾਨਕ ਨੇ ਸਿਰਫ, ਬਾਬੇ ਨਾਨਕ ਨੇ, ਮੇਰੇ ਉਸ ਪਿਤਾ ਪਰਮੇਸ਼ਰ ਨੇ ਸਿਰਫ ਸਾਨੂੰ ਇਕੱਲੀ ਭਗਤੀ ਨਹੀਂ ਸੀ ਦੱਸੀ ਕਿ ਭਗਤੀ ਕਰੀ ਜਾਓ, ਬਾਬੇ ਨੇ ਕਿਹਾ ਸੀ ਨਾਮ ਜਪੋ, ਭਗਤੀ ਨਾਮ ਜਪਣ ਤੱਕ ਸੀਮਤ ਹੈ, ਉਸ ਤੋਂ ਅਗਲੀ ਗੱਲ ਤੇ ਵੀ ਗੌਰ ਕਰੋ, ਉਹਨਾਂ ਕਿਹਾ ਸੀ ਨਾਮ ਜਪੋ, ਕਿਰਤ ਕਰੋ। ਸੋ ਕਿਰਤ ਵੀ ਆਪਾਂ ਕਰਦੇ ਹਾਂ, ਕਰਨੀ ਹੈ, ਬਾਬੇ ਨੇ ਆਪ ਕਿੰਨੇ ਸਾਲ ਕਰਤਾਰਪੁਰ ਸਾਹਿਬ ਹਲ ਚਲਾਇਆ ਮੁੜ ਕੇ ਆ ਕੇ। ਸੋ ਸਾਡਾ ਸਭ ਤੋਂ ਪਹਿਲਾ ਕਿਸਾਨ, ਸਰਵੋਤਮ ਕਿਸਾਨ ਬਾਬਾ ਨਾਨਕ ਹੈ, ਜਿਹਨੇ ਕਿਸਾਨੀ ਸਾਡੀਆਂ ਜੜ੍ਹਾਂ 'ਚ ਬੀਜ ਦਿੱਤੀ, ਅਸੀਂ ਸਾਡਾ ਖੂਨ ਉਹਨੇ ਕਿਸਾਨੀ ਨਾਲ ਭਰ ਦਿੱਤਾ। ਕਿਰਤ ਕਰੋ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਇਹ ਸਿਧਾਂਤ ਨੇ ਸਾਡੇ ਸਿਧਾਂਤਾਂ ਤੋਂ ਕਿਵੇਂ ਭਟਕਾ ਦਿਓਗੇ ਸਾਨੂੰ ਤੁਸੀਂ।
ਇਹ ਕੋਈ ਮੋਰਚਾ ਸਿਰਫ ਕਿਸੇ ਇੱਕ ਮੰਗ ਨੂੰ ਲੈ ਕੇ ਥੋੜਾ ਲੱਗਾ ਹੈ, ਇਹ ਸਿਧਾਂਤ ਦੀ ਲੜਾਈ ਹੈ। ਤੇ ਜਿੱਦਣ ਪੰਜਾਬੀਆਂ ਦੇ ਸਿਧਾਂਤ ਮਰ ਗਏ, ਸਿਧਾਂਤ ਤੋਂ ਉੱਠ ਕੇ ਅਸੀਂ ਆ ਗਏ, ਉਸ ਦਿਨ ਪੰਜਾਬੀ ਖਤਮ, ਸਾਰਾ ਕੁਝ ਖਤਮ ਹੈ। ਸਿਧਾਂਤ ਦੇ ਨਾਲ ਹੀ ਜੀ ਰਹੇ ਹਾਂ ਅਸੀਂ, ਔਰ ਇਹ ਸਿਧਾਂਤ ਤੁਹਾਡੇ ਮੇਰੇ ਬਣਾਏ ਨਹੀਂ, ਇਹ ਸਿਧਾਂਤ ਉਸ ਗੁਰੂ ਦੇ ਬਖਸ਼ੇ ਹੋਏ ਨੇ। ਸੋ ਇਹ ਉਹ ਧਰਤੀ ਹੈ ਜਿੱਥੇ ਕਹਿੰਦੇ ਪੋ ਫੁੱਟ ਦੀ ਚਿੜੀਆਂ ਚੂਕਦੀਆਂ, ਜਿੱਥੇ ਰੋਈਏ ਕੋਇਲਾਂ ਕੂਕਦੀਆਂ, ਜਿੱਥੇ ਸਤਿਗੁਰ ਪੰਜਾਂ ਬਾਣੀਆਂ ਤੇ ਕੁਦਰਤ ਪੰਜਾਂ ਪਾਣੀਆਂ ਦੀ ਰਹਿਮਤ ਕਰਤੀ, ਉਹ ਪੰਜਾਬ ਦੀ ਧਰਤੀ ਜੀ ਮੇਰੀ, ਉਹ ਪੰਜਾਬ ਦੀ ਧਰਤੀ। ਸੋ ਅਖੀਰ ਤੇ ਇੰਨੀ ਬੇਨਤੀ ਕਰਨਾ ਚਾਹਾਂਗਾ ਕਿ ਕਾਦੀਆਂ ਸਾਹਿਬ ਨੇ ਵੀ ਇਸ ਗੱਲ ਦਾ ਫਿਕਰ ਕੀਤਾ ਸੀ ਕਿ ਅੱਗੋਂ ਹੋਰ ਬੜਾ ਕੁਛ ਪਾਈਪਲਾਈਨ 'ਚ ਹੈਗਾ, ਬਿਲਕੁਲ ਹੈਗਾ, ਔਰ ਪੰਜਾਬੀ ਜ਼ਬਾਨ ਨੂੰ ਖਤਮ ਕਰਨ ਲਈ ਵੀ ਉਪਰਾਲੇ ਕੀਤੇ ਜਾਣਗੇ। ਮੈਂ ਤੁਹਾਨੂੰ ਅਸ਼ੋਰ ਕਰਦਾ ਭਾਜੀ, ਬੇਫਿਕਰ ਹੋ ਜਾਓ, ਉਹ ਉਪਰਾਲਾ ਲੰਘ ਚੁੱਕਾ ਹੈ, ਉਹ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਕੋਸ਼ਿਸ਼ ਹੋ ਚੁੱਕੀ ਹੈ, ਜਦੋਂ ਕਿਹਾ ਗਿਆ ਸੀ ਇੱਕ ਦੇਸ਼ ਇੱਕ ਬੋਲੀ, ਇੱਕ ਵਨ ਕੰਟਰੀ ਵਨ ਨੇਸ਼ਨ ਵਨ ਲੈਂਗੁਏਜ, ਔਰ ਲੋਕਾਂ ਨੇ ਬੁਰੀ ਤਰ੍ਹਾਂ ਡਿਸਕਾਰਡ ਕਰ ਦਿੱਤਾ ਸੀ, ਔਰ ਸਾਊਥ ਵਿੱਚ ਵੀ ਉਹਦਾ ਆਪੋਜੀਸ਼ਨ ਹੋਈ ਸੀ, ਇੱਥੇ ਵੀ ਉਹਨਾਂ ਨੂੰ ਸਮਝ ਆ ਗਈ ਕਿ ਇਹ ਕੰਮ ਨਹੀਂ ਬਣਨਾ। ਉਹਨਾਂ ਨੂੰ ਲੋਕਾਂ ਨੂੰ ਇਹੀ ਨਹੀਂ ਪਤਾ ਲੱਗਾ ਸੀ ਇਹਦਾ ਮਤਲਬ ਕੀ, ਇੱਕ ਭਾਸ਼ਾ ਇੱਕ ਦੇਸ਼ ਇੱਕ ਭਾਸ਼ਾ, ਜੇ ਤਾਂ ਬੋਲਚਾਲ ਦੀ ਭਾਸ਼ਾ ਹੋਵੇ ਕੋਈ ਇਤਰਾਜ਼ ਨਹੀਂ, ਇੱਕ ਦੇਸ਼ 'ਚ ਇੱਕ ਬੋਲਚਾਲ ਦੀ ਕਮਿਊਨੀਕੇਸ਼ਨ ਦੀ ਭਾਸ਼ਾ ਇੱਕ ਹੋ ਸਕਦੀ ਹੈ, ਕਿ ਜੇ ਮੈਂ ਕਰਨਾਟਕਾ 'ਚ ਜਾਵਾਂ ਮੈਨੂੰ ਕੰਨੜ ਨਹੀਂ ਆਉਂਦੀ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਕੋਈ ਇੱਕ ਲੈਂਗੁਏਜ ਵਿੱਚ ਹੋਵੇ ਜਿਹਦੇ ਨਾਲ ਅਸੀਂ ਕਮਿਊਨੀਕੇਟ ਕਰ ਸਕੀਏ ਕੋਈ ਪ੍ਰੋਬਲਮ ਨਹੀਂ। ਪਰ ਜੇ ਤੁਸੀਂ ਕਹੋ ਕਿ ਇੱਕ ਦੇਸ਼ ਦੀ ਇੱਕੋ ਹੀ ਭਾਸ਼ਾ ਹੋਏਗੀ, ਫਿਰ ਉਹਦਾ ਮਤਲਬ ਪਤਾ ਕੀ ਹੈ, ਇੱਕ ਦਿਨ ਆ ਜਾਏਗਾ ਤੁਹਾਡੇ ਪਟਵਾਰਖਾਨੇ ਜਾਓਗੇ ਨਾ, ਉਹਦੇ ਬਾਹਰ ਪਟਵਾਰੀ ਸੁਰਿੰਦਰ ਸਿੰਘ ਨਹੀਂ ਲਿਖਿਆ ਹੋਏਗਾ, ਉੱਥੇ ਲਿਖਿਆ ਹੋਏਗਾ ਸੁਰਿੰਦਰ ਸਿੰਘ ਲੇਖਾਕਾਰ। ਬਾਹਰ ਥਾਣੇਦਾਰ ਦੇ ਬਾਹਰ ਤਖਤੀ ਥਾਣੇਦਾਰ ਦੀ ਨਹੀਂ ਲੱਗੀ ਹੋਏਗੀ, ਉੱਥੇ ਲਿਖਿਆ ਹੋਏਗਾ ਥਾਣਾ ਪ੍ਰਭਾਰੀ ਬਲਜੀਤ ਸਿੰਘ। ਤੁਹਾਡੇ ਸ਼ਬਦ ਖਤਮ ਹੋ ਜਾਣਗੇ, ਤੁਹਾਡੀ ਭਾਸ਼ਾ ਨੂੰ ਇੱਕ ਇੱਕ ਸ਼ਬਦ ਨੂੰ ਖਤਮ ਕੀਤਾ ਜਾਏਗਾ, ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਤਾ ਹੀ ਨਾ ਹੋਵੇ ਪਟਵਾਰੀ ਕੀ ਹੁੰਦਾ ਸੀ, ਕਾਨੂੰਗੋ ਕੀ ਹੁੰਦਾ ਸੀ। ਸੋ ਉਹ ਤਾਂ ਕਦੇ ਇਸ ਮੁਲਕ ਦੇ ਵਿੱਚ, ਕਿਉਂਕਿ ਯੂਨਿਟੀ ਇਨ ਡਾਇਵਰਸਿਟੀ ਹੈ, ਵਿਭਿੰਨਤਾ ਦੇ ਵਿੱਚ ਹੀ ਅਸੀਂ ਇੱਕ ਹਾਂ, ਅਨੇਕਤਾ ਦੇ ਵਿੱਚ ਏਕਤਾ ਹੈ, ਜਦ ਤੱਕ ਇਸ ਮੁਲਕ ਦੇ ਵਿੱਚ ਇਹ ਬਰਕਰਾਰ ਹੈ ਉਹੀ ਇਸ ਮੁਲਕ ਦੀ ਖੂਬਸੂਰਤੀ ਹੈ। ਸੋ ਮੈਂ ਗਰਮੀ ਬਹੁਤ ਇਸ ਚੀਜ਼ ਨੂੰ ਸਮਝਦਾ, ਔਰ ਇੱਕ ਵਾਰੀ ਫਿਰ ਫਰਜ਼ ਟਰੱਸਟ ਵੱਲੋਂ ਆਰਗੇਨਾਈਜ਼ ਕੀਤੇ ਗਏ ਇਸ ਨਵੇਕਲੇ ਵਿਲੱਖਣ ਉਪਰਾਲੇ ਨੂੰ ਮੈਂ ਸਜਦਾ ਕਰਦਾ, ਔਰ ਸਰਦਾਰ ਜਸਮੀਲ ਸਿੰਘ ਹੋਣੀ ਬੈਠੇ ਨੇ, ਬਿੱਲਾ ਭਾਅ ਜੀ ਹੋਣੀ, ਉਹਨਾਂ ਨੇ ਬਹੁਤ ਸੋਹਣੀ ਜਗ੍ਹਾ ਪ੍ਰੋਵਾਈਡ ਕੀਤੀ ਹੈ ਕਿ ਹੋਰ ਕਿਤੇ ਹੋਣਾ ਸੀ ਫੰਕਸ਼ਨ, ਕਹਿੰਦੇ ਨਹੀਂ ਸਾਡੇ ਇੱਥੇ ਆ ਕੇ ਕਰੋ, ਮੈਂ ਕਰਦਾ ਸਾਰਾ ਅਰੇਂਜਮੈਂਟ। ਇਹ ਜਜ਼ਬੇ ਨੇ, ਇਹਨਾਂ ਨੂੰ ਕੌਣ ਰੋਕ ਸਕਦਾ। ਸੋ ਬੇਨਤੀ ਹੈ ਕਿ ਇਹਨੂੰ ਸਿਲਸਿਲੇ ਨੂੰ ਅੱਗੇ ਜਾਰੀ ਰੱਖਿਓ, ਸ਼ਹੀਦਾਂ ਨੂੰ ਰੈਕਗਨਾਈਜ਼ ਕਰਦੇ ਰਵਾਂਗੇ, ਇਹਨਾਂ ਨੂੰ ਸਜਦੇ ਕਰਦੇ ਰਵਾਂਗੇ, ਅਤੇ ਜਜ਼ਬਾ ਬੁਲੰਦੀਆਂ ਵੱਲ ਜਾਂਦਾ ਰਹੇਗਾ, ਔਰ ਕਿਸਾਨ ਔਰ ਕਿਸਾਨੀ ਦਿੱਲੀ ਦੀਆਂ ਬਰੂਹਾਂ ਤੋਂ ਉਦੋਂ ਤੱਕ ਉੱਠ ਕੇ ਨਹੀਂ ਆਉਂਦੀ ਜਦ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਔਰ ਇੱਕ ਗੱਲ ਸ਼ਾਇਦ ਤੁਹਾਡੇ ਧਿਆਨ 'ਚ ਨਹੀਂ ਹੈ ਕਿ ਕਾਨੂੰਨ ਹੌਲੀ ਹੌਲੀ ਰੱਦ ਹੋਣੇ ਸ਼ੁਰੂ ਵੀ ਹੋ ਗਏ ਨੇ, ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ ਜਿਹਨੂੰ ਅਸੀਂ ਕਹਿੰਦੇ ਹਾਂ ਜ਼ਰੂਰੀ ਵਸਤਾਂ ਦਾ ਐਕਟ, ਉਹਦੇ 'ਚ ਗੋਲਮੋਲ ਤਰੀਕੇ ਨਾਲ ਇੱਕ ਸੁਧਾਰ ਹੋ ਵੀ ਚੁੱਕਾ ਕਿ ਇਸ ਤੋਂ ਜ਼ਿਆਦਾ ਕੋਈ ਸਟੋਰੇਜ ਨਹੀਂ ਕਰ ਸਕਦਾ, ਜਦਕਿ ਕਾਨੂੰਨ ਕਹਿੰਦਾ ਸੀ ਕਿ ਭਾਵੇਂ ਪੂਰੇ ਦੇਸ਼ ਦੀ ਕਣਕ ਕੋਈ ਬੰਦਾ ਸਾਂਭ ਲਵੇ, ਪਰ ਹੁਣ ਅੰਦਰ ਖਾਤੇ ਇਹਨਾਂ ਨੇ ਇਹ ਚੀਜ਼ ਵਾਪਸ ਲੈ ਲਈ ਹੈ ਕਿ ਇੱਕ ਬੰਦਾ ਇਸ ਤੋਂ ਵੱਧ ਸਟੋਰੇਜ ਨਹੀਂ ਕਰ ਸਕਦਾ, ਪਰ ਉਹਨੂੰ ਦੱਸਿਆ ਨਹੀਂ ਗਿਆ, ਉਹਨੂੰ ਪ੍ਰਚਾਰਿਤ ਨਹੀਂ ਕੀਤਾ ਗਿਆ ਕਿ ਕੱਲ੍ਹ ਨੂੰ ਕਵਾਂਗੇ ਕਿ ਆਹ ਤਾਂ ਕਾਨੂੰਨ 'ਚ ਹੈ ਹੀ ਨਹੀਂ, ਅਸੀਂ ਕਦੋਂ ਕਹਿੰਦੇ ਹਾਂ। ਸੋ ਹੌਲੀ ਹੌਲੀ ਗੋਲਮੋਲ ਤਰੀਕੇ ਨਾਲ ਚੀਜ਼ਾਂ ਸੁਧਰਨ ਲੱਗ ਪਈਆਂ ਨੇ, ਔਰ ਤੁਸੀਂ ਜਿੱਤ ਕੇ ਉੱਥੋਂ ਮੁੜਨਾ। ਔਰ ਮੈਂ ਲਾਸਟ ਇੱਕੋ ਗੱਲ ਨਾਲ ਖਤਮ ਕਰਾਂਗਾ ਕਿ ਜਿੱਥੇ ਅਸੀਂ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਸਜਦਾ ਕਰਦੇ ਹਾਂ, ਤੁਹਾਡੀ ਇਹ ਸ਼ਹਾਦਤ ਹਮੇਸ਼ਾ ਸਾਡੇ ਮਨਾਂ ਦੇ ਵਿੱਚ ਪਰਚਮ ਬਣ ਕੇ ਝੂਲਦੀ ਰਹੇਗੀ, ਬੁਲੰਦ ਰਹੇਗੀ ਸਾਡੀ ਸੋਚ ਦੇ ਵਿੱਚ, ਉੱਥੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪਣਾ ਯੋਗਦਾਨ ਜ਼ਰੂਰ ਪਾਓ, ਪਰ ਆਪਣੇ ਸੀਨੀਅਰ ਲੀਡਰਾਂ ਦੇ ਮਗਰ ਚੱਲ ਕੇ, ਕਦੇ ਇੱਕ ਕਦਮ ਅੱਗੇ ਚੱਲਣ ਦੀ ਕੋਸ਼ਿਸ਼ ਨਾ ਕਰਿਓ, ਉਹਦੇ 'ਚ ਨੁਕਸਾਨ ਹੋਏਗਾ। ਤੁਹਾਡੇ ਸੰਯੁਕਤ ਮੋਰਚਾ ਦੇ ਲੀਡਰ ਅੱਜ ਪੂਰੇ ਦੇਸ਼ ਨੂੰ ਇਹ ਸਾਨੂੰ ਕਹਿ ਰਹੇ ਨਾ, ਦੇਸ਼ ਵਿਰੋਧੀ ਤਾਕਤਾਂ 'ਤੇ ਬੈਠੀਆਂ ਨੇ। ਇੱਕ ਦਿਨ ਆਏਗਾ ਦੇਸ਼ ਨੂੰ ਮਾਣ ਹੋਏਗਾ ਜਦੋਂ ਗਿਨੀਸ ਬੁੱਕ ਆਫ ਵਰਲਡ ਰਿਕਾਰਡ 'ਚ ਨਾਮ ਆਏਗਾ ਭਾਰਤ ਦੇਸ਼ ਦਾ ਕਿ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਕਿੱਥੇ ਚੱਲਿਆ ਸੀ, ਕੁਐਸਚਨ ਕੀਤਾ ਜਾਏਗਾ ਦੁਨੀਆ ਦੇ ਮੁਲਕਾਂ ਦੇ ਵਿੱਚ, ਜਦੋਂ ਸਟੂਡੈਂਟਸ ਨੂੰ ਇੱਕੋ ਹੀ ਨਾਂ ਲਿਆ ਜਾਏਗਾ ਜੀ, ਹਿੰਦੁਸਤਾਨ ਦੇ ਵਿੱਚ ਕਿੰਨੇ ਕੀਤਾ ਸੀ, ਕਿਸਾਨਾਂ ਨੇ ਕੀਤਾ ਸੀ।
ਸੋ ਤੁਸੀਂ ਤਾਂ ਭਾਰਤ ਲਈ ਗੌਰਵ ਪੈਦਾ ਕਰ ਰਹੇ ਹੋ, ਮਾਣ ਪੈਦਾ ਕਰ ਰਹੇ ਹੋ ਭਾਰਤ ਵਾਸਤੇ। ਨੌਜਵਾਨੋ, ਆਪਣੇ ਸੀਨੀਅਰ ਸੰਯੁਕਤ ਮੋਰਚਾ ਦੇ ਲੀਡਰਾਂ ਦੇ ਮਗਰ ਚੱਲਦੇ ਰਹੇ ਹੋ, ਦੋ ਕਦਮ ਉਹਨਾਂ ਤੋਂ ਅੱਗੇ ਹੋਣ ਦੀ ਕੋਸ਼ਿਸ਼ ਨਾ ਕਰਿਓ, ਜਿੱਤ ਤੁਹਾਡੇ ਕਦਮਾਂ 'ਚ ਆ ਕੇ ਡਿੱਗੇਗੀ। ਔਰ ਲਾਸਟ 'ਤੇ ਇਹੀ ਕਹਾਂਗਾ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਬੂਹੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਮੰਜ਼ਿਲ ਦੇ ਬੂਹੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫਰਾਂ ਦਾ, ਜਿਹੜੇ ਸੋਚ ਕੇ ਤੁਰਦੇ ਨੇ ਕਿੱਧਰ ਜਾਣਾ, ਕਿਹੜਾ ਮੋੜ ਆਏਗਾ, ਕਿੱਥੋਂ ਕਿਵੇਂ ਮੁੜਨਾ, ਜਿਹੜੇ ਜਾ ਕੇ ਰਾਹ ਪੁੱਛਦੇ ਨੇ ਉਹ ਕਦੇ ਮੰਜ਼ਿਲ ਤੇ ਟਾਈਮ ਸਿਰ ਨਹੀਂ ਪਹੁੰਚਦੇ। ਸੋ ਇਸ ਨਕਸ਼ੇ ਨੂੰ ਫੋਲੋ ਕਰਿਓ, ਇਹਦੇ ਤੇ ਤੁਰਦੇ ਰਹੋ, ਮੰਜ਼ਿਲ ਦੇ ਮੱਥੇ ਦੇ ਉੱਤੇ ਤੁਹਾਡੇ ਨਾਮ ਦੀ ਤਖਤੀ ਜ਼ਰੂਰ ਲੱਗੇਗੀ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।